ਕਿਉਂਕਿ ਆਸ ਪਾਸੇ ਮੈਂ ਬੈਠਾ ਬੈਠਾ ਸੋਚ ਰਿਹਾ ਸੀ, ਹਸਨ ਕੌਰ ਜੀ ਦੀ ਗੱਲ ਕੀਤੀ, ਮੈਂ ਦੋ ਦੋ ਮਿੰਟ ਲਵਾਂਗਾ ਜ਼ਰੂਰ ਥੋੜ੍ਹਾ ਜਿਹਾ, ਕਿਉਂਕਿ ਦਿਲ ਬਣਾ ਰਿਹਾ ਥੋੜ੍ਹੀ ਝਾਕ ਪਾ ਗਈ। ਕਦੀ ਇਮੈਜਿਨ ਕੀਤਾ ਵੀ ਚਮਕੌਰ ਦੀ ਗਲੀ ਵਿੱਚ ਹਨੇਰੇ ਕੱਲੀ ਬੀਬੀ ਜਾ ਕੇ ਡੈਡ ਬੋਡੀਜ਼ ਇਕੱਠੀਆਂ ਕਰੇ। ਸਭ ਨੂੰ ਪਤਾ ਨਹੀਂ ਕਿ ਮਰਦਾਨਾ ਸਰੀਰ ਹੋਏਗਾ ਵੀ, ਉਹ ਡੈਡ ਤੋਂ ਬਾਅਦ ਸਰੀਰ ਥੋੜ੍ਹਾ ਭਾਰੀ ਵੀ ਹੋ ਜਾਂਦਾ। ਹਨੇਰੇ ਵਿੱਚ ਕੱਲੀ ਬੀਬੀ ਨੇ ਕਿਵੇਂ ਪਹਿਲੇ ਜੁੱਤ ਕੀਤੀ ਹੋਣੀ ਹੈ। ਇਤਿਹਾਸ ਕਹਿੰਦਾ ਵੀ 30 ਸਰੀਰ, ਕਿਉਂਕਿ 36 ਸਿੰਘ ਸ਼ਹੀਦ ਹੋਏ ਸਨ ਅੰਦਾਜ਼ਨ 35-36, 30 ਸਿੰਘਾਂ ਦੀ ਡੈਡ ਬੋਡੀਜ਼ ਉਹਨਾਂ ਨੇ ਇੱਕ ਇੱਕ ਚੁੱਕ ਕੇ ਇਕੱਠੀਆਂ ਕੀਤੀਆਂ, ਫਿਰ 30 ਸਰੀਰਾਂ ਵਾਸਤੇ ਲੱਕੜ ਇਕੱਠੀ ਕੀਤੀ, ਫਿਰ ਚੀਖਾਂ ਪਾਲੀ। ਚੜ੍ਹਦੀ ਕਲਾ ਦਾ ਲੈਵਲ ਸੋਚਿਆ ਜੀ। ਚੀਖਾਂ ਪਾਲਣ ਤੋਂ ਬਾਅਦ ਜਦੋਂ ਸਿਪਾਹੀ ਆਏ ਨੇ ਤਾਂ ਬੀਬੀ ਸੋਹਿਲਾ ਸਾਹਿਬ ਦਾ ਪਾਠ ਕਰ ਰਹੇ ਸੀ। ਉਹਨਾਂ ਨੇ ਆ ਕੇ ਵਾਜਾਂ ਮਾਰੀਆਂ, ਕੁਝ ਨੀ ਬੋਲੀ। ਜਦੋਂ ਸੋਹਿਲਾ ਸਾਹਿਬ ਦੇ ਪਾਠ ਦੀ ਸਮਾਪਤੀ ਹੋਈ, ਉਹਨਾਂ ਨੇ ਕਿਹਾ ਕੌਣ? ਉਹਨਾਂ ਨੇ ਕਿਹਾ ਗੁਰੂ ਗੋਬਿੰਦ ਸਿੰਘ ਦੀ ਪੁੱਤਰੀ। ਕਹਿੰਦੇ ਕੀ ਤਾਂ ਕਰਨੀ ਹੈ? ਉਹਨੇ ਕਿਹਾ ਵੀ ਆਪਣੇ ਭਰਾਵਾਂ ਦੀਆਂ ਅੰਤਮ ਸੰਸਕਾਰ ਵੀ ਕਰਨੀ ਹੈ। ਉਹਨੇ ਕਿਹਾ ਤੈਨੂੰ ਪਤਾ ਵੀ ਕੀ ਬਾਦਸ਼ਾਹ ਦੀ ਇਜਾਜ਼ਤ ਨਹੀਂ ਹੈ ਸਭ ਕਰਨ ਦੀ? ਉਹ ਕਹਿੰਦੀ ਮੈਨੂੰ ਝੂਠੇ ਬਾਦਸ਼ਾਹ ਦੀ ਇਜਾਜ਼ਤ ਲੈਣ ਦੀ ਕੋਈ ਲੋੜ ਨਹੀਂ, ਮੈਨੂੰ ਸੱਚੇ ਬਾਦਸ਼ਾਹ ਦਾ ਜੋ ਹੁਕਮ ਹੈ ਮੈਂ ਉਹ ਕਰਨੀ। ਉਹ ਮੁਗਲਾਂ ਨੇ ਕਿਰਪਾਨ ਕੱਢ ਲਈ, ਹਰਸ਼ਰਨ ਕੌਰ ਬੀਬੀ ਨੇ ਵੀ ਕਿਰਪਾਨ ਕੱਢ ਲਈ, 5-6 ਸਿਪਾਹੀ ਉੱਥੇ ਸ਼ਹੀਦ ਨਾ ਬਤਾਏ। ਫਿਰ ਜਦੋਂ ਘਾਇਲ ਹੋ ਗਈ, ਜੜ ਹੋ ਗਈ ਨਾ, ਤੇ ਮੁਗਲਾਂ ਨੇ ਸਿਪਾਹੀਆਂ ਨੇ ਬੀਬੀ ਨੂੰ ਚੁੱਕ ਕੇ ਚਿਖਾ ਨੂੰ ਸੁੱਟ ਦਿੱਤਾ। ਇਹ ਸਾਡਾ ਵਿਰਸਾ ਹੈ। ਅੱਜ ਮੈਂ ਕਹਿੰਦਾ ਚੰਗੀ ਥਾਂ ਤੇ ਗੁਰਦੁਆਰੇ ਦਾ ਪ੍ਰਬੰਧਕ ਵੀ ਕਿਸੇ ਛੋਟੇ ਬੱਚੇ ਨੂੰ ਡਾਂਟ ਦੇਵੇ ਨਾ, ਤੇ ਮਾਂ ਨੂੰ ਲੱਗਦਾ ਵੀ ਲੈ ਤੂੰ ਕੌਣ ਹੁੰਦਾ ਮੇਰੇ ਬੱਚੇ ਨੂੰ ਡਾਂਟ ਦੇਵੇ। ਤੇ ਕਦੀ ਇਮੈਜਿਨ ਕੀਤਾ ਵੀ ਝੋਲੀ ਚੋਂ ਬੱਚਾ ਚੁੱਕ ਕੇ ਖਿੱਚ ਕੇ ਉੱਤੇ ਸੁੱਟ ਕੇ ਵਿੱਚ ਨੇਜਾ ਧਰੋ ਦੇਣਾ ਤੇ ਨੇਜੇ ਤੋਂ ਕੱਢ ਕੇ ਫਿਰ ਮਾਂ ਦੀ ਗੋਦੀ ਸੁੱਟ ਦੇਣਾ, ਬੱਚੇ ਨੂੰ ਮਾਂ ਦੀ ਗੋਦੀ ਚੋਂ ਫੜ ਕੇ ਕਿਰਪਾਨ ਨਾਲ ਇੱਕ ਬਾਂਹ ਦੂਜੀ ਬਾਂਹ ਸਿਰ ਵੱਢ ਕੇ ਤੇ ਫਿਰ ਮਾਂ ਦੀ ਝੋਲੀ ਵਿੱਚ ਸੁੱਟ ਦੇਣਾ। ਤੇ ਉਹ ਜਿਹੜਾ ਸਿੱਖੀ ਦੀ ਦਾਸਤਾਂ ਦਾ ਕਵੀ ਕਹਿੰਦਾ ਨਾ ਵੀ ਹਾਏ ਵੀ ਮੂੰਹ ਤੋਂ ਨਿਕਲਦੀ, ਪਤਾ ਨੀ ਕਿਹੋ ਜੀ ਮਾਂ ਹੈ, ਅਸੀਂ ਉਹਦੇ ਵਾਰਸ। ਮੈਂ ਬਹੁਤੀ ਪੁਆਇੰਟਸ ਨਹੀਂ ਗੱਲ ਕਰਦੇ। ਵੀਰਜੀ ਨੇ ਜਿਹੜੀ ਗੱਲ ਕੀਤੀ ਹੈ ਨਾ, ਅਰੇ ਮੇਰੀ ਮਾਤਾਓ ਭੈਣੋ, ਤੁਹਾਡੀ ਕਾਬਲੀਅਤ ਨੂੰ ਦੁਨੀਆਂ ਨੇ ਜਾਣਿਆ ਵੇ, ਅੱਜ ਦੁਨੀਆਂ ਦੇ ਬਾਹਰ ਦੇ ਦੇਸ਼ਾਂ ਵਿੱਚ ਸਿੱਖ ਬੀਬੀ ਜੱਜ ਵੀ ਹੈ, ਸਿੱਖ ਬੀਬੀ ਪਾਇਲਟ ਵੀ ਹੈ, ਪਰ ਕਿਉਂਕਿ ਅਸੀਂ ਆਪਣੇ ਆਪ ਨੂੰ ਜਾਣਦੇ ਨੇ। ਇਤਿਹਾਸ ਦੂਜੀ ਬੇਨਤੀ, ਮੈਨੂੰ ਖਿਮਾ ਕਰ ਦੇਣਾ, ਮੈਂ ਥੋੜ੍ਹੀ ਅਪਡੇਟ ਕਰਨ ਲੱਗਾ। ਵੀਰ ਜੀ ਨੇ ਗੱਲ ਛੇੜੀ ਹੈ, ਮੇਰੀ ਭੈਣੋ ਤੁਸੀਂ ਮਹਿਸੂਸ ਕਰਕੇ ਜਾਣਾ, ਇਹ ਜਿਹੜੀ ਪੰਕਤੀ ਅਸੀਂ ਸਾਰੇ ਪੜ੍ਹ ਕੇ ਕਹਿ ਰਹੇ ਨਾ, ਸੋ ਕਿਉਂ ਬੰਦਾ ਆਖੀਏ ਜਿੱਤ ਜੰਮੇ ਰਾਜਾਨ, ਇਹਦਾ ਇੱਕ ਐਲਾਨ ਹੈ। ਇਸ ਐਲਾਨ ਤੋਂ ਬਾਅਦ ਜਿਹੜੀ ਗੁੱਝੀਆਂ ਗੱਲਾਂ ਹੋਈਆਂ ਨੇ ਨਾ, ਅਰੇ ਮੇਰੀ ਭੈਣੋ ਮਾਤਾਓ, ਤੁਸੀਂ ਉਹਨਾਂ ਨੂੰ ਤਾਂ ਪਕੜਦੀਆਂ ਹੀ ਨਹੀਂ ਪਈਆਂ। ਦੁਨੀਆਂ ਦੇ ਧਰਮ ਵਿੱਚ ਇੰਨੀ ਗੱਲ ਕਰਦੇ ਹਾਂ ਵੀ ਦੁਨੀਆਂ ਦੇ ਧਰਮ ਵਿੱਚ ਇਸਤਰੀ ਨੂੰ ਬਹੁਤ ਹਲਕਾ ਦਰਜਾ ਦਿੱਤਾ ਗਿਆ। ਅਸੀਂ ਇੰਨੇ ਹੀ ਬੜੇ ਖੁਸ਼ ਹਾਂ ਵੀ ਸਿੱਖੀ ਵਿੱਚ, ਸਿੱਖ ਰਹਿਤ ਮਰਿਆਦਾ ਵਿੱਚ ਇਸਤਰੀ ਤੇ ਪੁਰਸ਼ ਨੂੰ ਸਿੱਖ ਕਹਿ ਕੇ ਸੰਬੋਧਨ ਕੀਤਾ ਗਿਆ। ਅਰੇ ਮੇਰੀ ਭੈਣੇ, ਜੇ ਬਾਣੀ ਨੂੰ ਖੋਜ ਕੇ ਪੜ੍ਹੀਏ ਨਾ, ਤੇ ਤੁਹਾਨੂੰ ਮਾਣ ਮਹਿਸੂਸ ਹੋਏਗਾ ਕਿ ਦੁਨੀਆਂ ਵਿੱਚ ਕੇਵਲ ਇੱਕੋ ਹੀ ਧਰਮ ਹੈ ਜਿਹਦੇ ਵਿੱਚ ਇਸਤਰੀ ਨੂੰ ਪੁਰਸ਼ ਤੋਂ ਵੱਧ ਸਨਮਾਨ ਦਿੱਤਾ। ਕਿਉਂਕਿ ਤੁਸੀਂ ਲੇਟ ਆਏ ਹੋ ਨਾ ਬੱਚੇ, ਵੀਰ ਜੀ ਨੇ ਇੱਕ ਸ਼ਬਦ ਹੀ ਪੜਿਆ ਸੀ, ਬਾਣੀ ਕਹਿੰਦੀ ਹੈ ਕਿ
ਜਗ ਦੇ ਪੁਰਸ਼ ਏਕ ਹੈ ਔਰ ਸਗਲੀ ਨਾਲ ਸਭਾ ਹੈ। ਇਸ ਜਗ ਵਿੱਚ ਪੁਰਸ਼ ਹੈ ਹੀ ਇੱਕੋ, ਉਹ ਹੈ ਪਰਮ ਪਿਤਾ ਪਰਮੇਸ਼ਵਰ। ਬਾਣੀ ਵਿੱਚ ਕਿੰਨੀ ਪੰਕਤੀਆਂ ਆਈਆਂ ਨੇ ਜਦੋਂ ਅਕਾਲ ਪੁਰਖ ਨੂੰ ਖਸਮ ਕਹਿ ਕੇ ਸੰਬੋਧਨ ਕੀਤਾ। ਮੈਂ ਇੱਕ ਸੈਂਟੈਂਸ ਵਿੱਚ ਸਾਰੀ ਗੱਲ ਦਾ ਨਿਚੋੜ ਕੱਢ ਦਿਆਂ ਸੱਚੀ ਦੱਸਣਾ ਪੈਣਾ ਮੇਰੇ ਕਿਉਂ ਵੀਰੋ ਵੀ ਬੈਠੇ ਹੋ। ਇੱਕ ਇਸਤਰੀ ਨੂੰ ਪਤਾ ਵੀ ਖਸਮ ਕੀ ਹੁੰਦਾ ਤੇ ਖਸਮ ਨੂੰ ਸਮਰਪਣ ਕੀ ਹੁੰਦਾ। ਪੁਰਸ਼ ਜ਼ਿੰਦਗੀ ਭਰ ਨਹੀਂ ਸਮਝ ਸਕਦਾ ਵੀ ਖਸਮ ਕੀ ਹੁੰਦਾ ਤੇ ਉਹਨੂੰ ਸਮਰਪਣ ਕਿਵੇਂ ਹੁੰਦਾ। ਇਸੇ ਕਰਕੇ ਬਾਣੀ ਵਿੱਚ ਕਿਹਾ ਗਿਆ ਨਾ ਕਿ ਜੇ ਪੁਰਸ਼ ਨੂੰ ਰੱਬ ਨੂੰ ਪ੍ਰਾਪਤ ਕਰਨਾ, ਜੇ ਰੱਬ ਨੂੰ ਪ੍ਰਾਪਤ ਕਰਨਾ ਤੇ ਪੁਰਸ਼ ਨੂੰ ਵੀ ਇਸਤਰੀ ਵਾਲੇ ਗੁਣ ਧਾਰਨ ਕਰਨੇ ਪੈਣਗੇ ਤਾਂ ਜਾਣ ਪਾਏਗਾ ਵੀ ਉਹ ਖਸਮ ਕੀ ਹੁੰਦਾ। ਬਾਰਾਂਵਾਂ ਦੀ ਕਥਾ ਰੋਜ਼ ਬਾਰਾਂਵਾਂ ਦੀ ਕਥਾ ਹਰ ਮਹੀਨੇ ਪੜ੍ਹਦੇ ਹਾਂ। ਉੱਥੇ ਕਹਿ ਦਿੰਦਾ ਵੀ ਜਿਹਦਾ ਖਸਮ ਹੈ, ਜਿਹਦੇ ਵਾਸਤੇ ਸ਼ਿੰਗਾਰ, ਹਰ ਇਗਜ਼ਾਮਪਲ ਉਸ ਪਰਮਾਤਮਾ ਨੂੰ ਖਸਮ ਕਰਕੇ ਸੰਬੋਧਨ ਕਰਕੇ ਸਾਰਿਆਂ ਨੂੰ ਇਸਤਰੀ ਰੂਪ ਕਿਹਾ। ਅਸਾਂ ਵੀ ਅਸਾਂ ਵੀ ਮੁਕਲਾਵੇ ਜਾਣਾ, ਅਸੀਂ ਵੀ ਉੱਥੇ ਜਾਣਾ, ਸਭ ਨੇ ਉੱਥੇ ਜਾਣਾ, ਸਭਨਾ ਸੋਹਰੇ ਵੰਜਣਾ। ਇਹ ਗੱਲ ਸਾਰੀ ਜਿਹੜੀ ਪਰਮਾਤਮਾ ਦੀ ਕੀਤੀ ਗਈ ਹੈ। ਇੱਕ ਇਸਤਰੀ ਨੂੰ ਪਤਾ ਵੀ ਸੋਹਰੇ ਜਾਣਾ ਤੇ ਸੋਹਰੇ ਕੀ ਹੁੰਦਾ, ਪੁਰਸ਼ ਨੂੰ ਨਹੀਂ ਪਤਾ ਵੀ ਸੋਹਰੇ ਜਾਣਾ ਤੇ ਸੋਹਰੇ ਕੀ ਹੁੰਦਾ। ਤੇ ਜੇ ਇਸ ਪੱਖੋਂ ਦੇਖੋ, ਥੋੜੀ ਸਟੱਡੀ ਕਰੀਏ, ਇਸ ਪੱਖੋਂ ਦੇਖੋ ਤੇ ਸਿੱਖ ਇਸਤਰੀ ਨੂੰ ਮਾਣ ਹੋਣਾ ਚਾਹੀਦਾ ਕਿ ਇਤਿਹਾਸ ਵਿੱਚ ਸਿੱਖ ਇਸਤਰੀ ਇੱਕ ਵੱਖਰਾ ਵਿਸ਼ਾ ਹੈ ਤੇ ਸਿੱਖ ਗੁਰਬਾਣੀ ਵਿੱਚ, ਸਿੱਖ ਧਰਮ ਵਿੱਚ ਇਸਤਰੀ ਇੱਕ ਵੱਖਰਾ ਵਿਸ਼ਾ ਹੈ। ਅਸੀਂ ਕੇਵਲ ਇਤਿਹਾਸ ਤੱਕ ਹੀ ਰਹਿ ਜਾਂਦੇ ਹਾਂ। ਜੇ ਧਰਮ ਦੇ ਅਕੋਰਡਿੰਗਲੀ ਦੇਖਿਆ ਜਾਵੇ ਤੇ ਮੈਨੂੰ ਤੇ ਲੱਗਦਾ ਵੀ ਸਿੱਖ ਇਸਤਰੀ ਰੱਬ ਦੇ ਜ਼ਿਆਦਾ ਨੇੜੇ ਹੈ ਪੁਰਸ਼ ਦੀ ਅਪੇਕਸ਼ਾ। ਬਹੁਤਾ ਨਹੀਂ ਕਹਿਣਾ ਚਾਹਾਂਗਾ ਗੁਰੂ ਪਿਆਰਿਓ, ਕੇਵਲ ਆਪਣੇ ਆਪ ਨੂੰ ਜਾਣੋ, ਆਪਣੇ ਵਜੂਦ ਨੂੰ ਜਾਣੋ। ਕਵਿਤਾ ਤੇ ਇੱਕ ਲਿਖੀ ਹੋਈ ਸੀ ਵੀ 10 ਗੁਰੂ ਮਹਿਲਾ ਨੇ ਅੱਜ ਇਸਤਰੀਆਂ ਨੂੰ ਕੀ ਮੈਸੇਜ ਦਿੰਦੀਆਂ ਨੇ। ਪਹਿਲੀ ਕਵਿਤਾ ਸੀ ਪਰ ਬੋਟਾਂ ਦੀ ਗੱਲ ਸੁਣਾਈ ਸੀ ਪਰ ਸਮਾਂ ਜ਼ਿਆਦਾ ਉਤਰ ਦਿੰਦਾ। ਫਿਰ ਕਦੀ ਮੈਂ ਪਰ ਬੇਨਤੀ ਕਰਾਂਗਾ। ਮੇਰੇ ਵੀਰ ਜੀ ਵੀ ਕਹਿ ਰਹੇ ਸੀ ਵੀ ਸਿੱਖ ਇਸਤਰੀ ਆਪਣੇ ਵਜੂਦ ਨੂੰ ਨਹੀਂ ਜਾਣਦੀ। ਮੈਂ ਬੇਨਤੀ ਕਰਾਂਗਾ ਕਿ ਟੀਚਰ ਸਾਹਿਬਾਨ, ਪ੍ਰਿੰਸੀਪਲ, ਡਾਇਰੈਕਟਰ, ਮੇਜਰ, ਬਹੁਤ ਵੱਡੀਆਂ ਹਸਤੀਆਂ ਆਈਆਂ, ਉਹ ਜੇ ਲਖਨਊ ਦੀ ਇਸਤਰੀਆਂ ਨੂੰ ਜਾਗਰਤ ਕਰਨਾ ਤੇ ਇੱਕ ਸੈਮੀਨਾਰ ਕਰੋ ਜਿਹਦੇ ਵਿੱਚ ਅਸੀਂ ਕਹੀਏ ਵੀ ਵਰਤਮਾਨ ਸਿੱਖ ਬੇਬੀਆਂ ਦੇ ਚੈਲੰਜਸ, ਉਹ ਚੈਲੰਜਸ ਕਿਹੜੇ ਨੇ। ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਾਂਗਾ ਵੀ ਸਾਡੇ ਵੀਰਾਂ ਦੇ ਜੋ ਸਹਿਯੋਗ ਕਹੋਗੇ ਅਸੀਂ ਦੇਵਾਂਗੇ। ਪਰ ਇੱਕ ਪ੍ਰੋਗਰਾਮ ਆਰਗਨਾਈਜ਼ ਕਰੋ ਜਿਹਦੇ ਵਿੱਚ ਸਮੂਹ ਸਿੱਖ ਬੀਬੀਆਂ ਆਉਣ, ਸਾਡੇ ਸਾਹਮਣੇ ਚੈਲੰਜਸ ਕੌਣ ਹੈ। ਹੁਣ ਤੇ ਹੀ ਯਾਦ ਹੈ ਉਹ ਕਹਿੰਦੇ ਨਾ ਵੀ ਕੌਲ ਲਿਖਣ 'ਤੇ ਵੀ ਸ਼ਰਮ ਆਉਣ ਲੱਗ ਪਈਏ, ਅਸੀਂ ਕੌਲ ਹੀ ਨਹੀਂ ਲਿਖਦੇ, ਪੰਜਾਬੀ ਬੋਲਣ 'ਤੇ ਸ਼ਰਮ ਆਉਣ ਲੱਗ ਪਈਏ। ਅਤੇ ਮੇਰੀ ਬੇਨਤੀ ਹੈ ਕਿ ਆਪਣੇ ਵਿਰਸੇ ਨੂੰ ਸੰਭਾਲੀਏ। ਦੋ ਬੜੀਆਂ ਅਨਮੋਲ ਚੀਜ਼ਾਂ ਨੇ, ਇੱਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ, ਇੱਕ ਗੌਰਵਮਈ ਇਤਿਹਾਸ। ਦੋਨਾਂ ਨੂੰ ਦੇਖੋਗੇ ਨਾ ਕਿ ਸਿੱਖ ਬੀਬੀਆਂ ਨੇ ਕਿਹੜੇ ਕਿਹੜੇ ਕਾਰੇ ਕੀਤੇ ਨੇ, ਕਿੱਥੇ ਕਿੱਥੇ ਰੰਗ ਚੜ੍ਹਦੀ ਕਲਾ ਦਾ ਪ੍ਰਤੀਕ। ਅੱਜ ਪਤੀ ਬਾਹਰੋਂ ਆਇਆ ਹੋਵੇ ਨਾ ਤੇ ਪਾਣੀ ਪੁੱਛਦੇ ਆ ਵੀ ਸਫ਼ਰ ਠੀਕ ਰਿਹਾ, ਕੋਈ ਦਿੱਕਤ ਤਾਂ ਨਾ ਹੋਈ। ਇਮੈਜਿਨ ਕਰੋ ਵੀ ਮਾਈ ਭਾਗੋ ਦੇ ਪਤੀ ਵੀ ਆਏ ਸੀ ਤੇ ਕਿਹਾ ਵੀ ਵਾਪਸ ਚਲੇ ਜਾਓ, ਆਏ ਕਿਉਂ ਹੋ। ਇਹ ਵੀ ਇੱਕ ਲੈਵਲ ਸੀਗਾ, ਇਹ ਸਾਡਾ ਗੌਰਵ ਇਤਿਹਾਸ ਰਿਹਾ। ਮੇਰੀ ਸਤਿਕਾਰਯੋਗ ਬੀਬੀਆਂ ਐਵੇਂ ਨਹੀਂ ਕਿ ਮਾਈਆਂ ਰਾਤਾਂ ਚਾਹੀਆਂ, ਐਵੇਂ ਦੁਨੀਆ ਜਿਹੜੇ ਕਹਿੰਦੀ ਆ ਬਿਹਾਈਂਡ ਐਵਰੀ ਸਕਸੈਸਫੁਲ ਮੈਨ ਦੇਰ ਇਜ਼ ਅ ਵੂਮਨ। ਉਹ ਕਿਸੇ ਨੇ ਹਾਸੇ ਵਾਲੀ ਗੱਲ ਕੀਤੀ ਹੈ, ਪੁਰਸ਼ ਪ੍ਰਧਾਨ ਨਹੀਂ ਹੈ। ਉਹ ਕਿਸੇ ਨੇ ਬੜੀ ਵਧੀਆ ਵਧੀ ਵਧੀਆ ਗੱਲ ਕੀਤੀ, ਕਹਿੰਦੇ ਵੂਮਨ ਡੇ ਤੇ ਰੋਜ਼ ਹੀ ਹੁੰਦਾ ਹੈ, ਅੱਜ ਆਫੀਸ਼ੀਅਲੀ ਹੈ ਇਹ ਗੱਲ ਵੱਖਰੀ ਹੈ, ਬਾਕੀ ਵੂਮਨ ਡੇ ਹੀ ਹੁੰਦਾ ਹੈ। ਇਸਤਰੀ ਪ੍ਰਧਾਨ ਹੀ ਹੈ, ਇਸਤਰੀ ਤੋਂ ਬਿਨਾਂ ਗੱਲ ਨਹੀਂ ਬਣਦੀ। ਬੰਦੇ ਦੀ ਵੀ ਪਾਤਸ਼ਾਹ ਨੇ ਵੀ ਕਹਿ ਤਾਰੀ ਭੱਟ ਜਾਂਦੀ ਹੈ, ਭੱਟ ਜਾਂਦੀ ਹੈ ਵੀ ਉਹ ਤੋਂ ਬਿਨਾਂ
ਜੀਵਨ ਚੱਲਣਾ ਹੀ ਕੋਈ ਨਹੀਂ। ਸੋ ਮੇਰੀ ਭੈਣਾਂ ਪ੍ਰਤੀ ਬੇਨਤੀ ਹੈ, ਆਪਣੇ ਫਰਜ਼ਾਂ ਨੂੰ ਸਮਝੋ। ਜੇ ਗੁਰੂ ਪਾਤਸ਼ਾਹ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ ਹੈ ਨਾ, ਇੱਕ ਤੇ ਕਿਹਾ ਵੀ ਸੋ ਕਿਉਂ ਮੁੱਦਾ ਆਖੀਏ, ਫਿਰ ਸਤੀ ਪ੍ਰਥਾ ਬੰਦ ਕੀਤਾ, ਵਿਧਵਾ ਵਿਆਹ ਸ਼ੁਰੂ ਕੀਤਾ, ਅੱਗੋਂ ਸਿਕਿਉਰਿਟੀ ਹੋਰ ਦੇਖੋ, ਏਕਾ ਨਾਲੀ ਜੱਤੀ ਹੋਏ ਦੀ ਗੱਲ ਕੀਤੀ, ਇਹ ਸਭ ਸਿਕਿਉਰਿਟੀ ਨੇ। ਅੱਗੋਂ ਅੱਗੋਂ ਗੱਲਾਂ ਕਰਦੇ ਗਏ, ਪਰ ਨਾਲ ਇਹ ਵੀ ਕਿਹਾ ਕਿ ਅਸਲੀ ਸਤੀ ਕੌਣ ਹੈ। ਉਸ ਪੰਕਤੀ ਦਾ ਫਿਰ ਮਤਲਬ ਇਹ ਹੈ ਕਿ ਜੇ ਆਪਣੀਆਂ ਜਿਹੜੀਆਂ ਡਿਊਟੀਜ਼ ਨੇ ਨਾ, ਮਜ਼ਾ ਤਾਂ ਵੀ ਉਸ ਤੋਂ ਬਾਅਦ ਵੀ ਤੂੰ ਆਪਣੇ ਪਰਿਵਾਰ ਪ੍ਰਤੀ ਡਿਊਟੀਜ਼ ਨਿਭਾਉਂਦੀ ਹੈ, ਤੇ ਅਸਲੀ ਸਤੀ ਫਿਰ ਤੂੰ ਹੈ। ਇਸ ਬਾਣੀ ਨੂੰ ਸਮਝੀਏ, ਜਿਹੜੇ ਜੀਵਨ ਦੇ ਹਰ ਕਦਮ ਤੇ ਸਾਡਾ ਮਾਰਗਦਰਸ਼ਨ ਕਰਦੇ ਨੇ। ਪਾਤਸ਼ਾਹ ਅਸੀਂ ਅਰਦਾਸ ਕਰੀਏ ਕਿ ਗੁਰੂ ਪਾਤਸ਼ਾਹ ਦੀ ਜਿਹੜੀ ਸੋਚ ਹੈ, ਗੁਰੂ ਪਾਤਸ਼ਾਹ ਦੀ ਜਿਹੜੀ ਦਾਤਾਂ ਨੇ, ਉਹਨੂੰ ਸਾਨੂੰ ਸਮਝਣ ਦੀ ਜਾਚ ਆ ਜਾਵੇ। ਫਿਰ ਜ਼ਿੰਦਗੀ 'ਚ ਕਦੀ ਢੈਲੀਆਂ ਕਰਾਂ ਡੇਰੇ ਨਹੀਂ ਹੋਣਗੀ। ਕੌਰ ਕਹਿਣ ਵਾਲੀ ਨੇ ਨਾਮ ਅੱਗੇ ਕੋਈ ਲਵੇ, ਪਹਿਲਾ ਨਾਮ ਕੋਈ ਵੀ ਲੈਂਦੀ ਸਰਬਜੀਤ, ਪਰ ਬਾਅਦ 'ਚ ਬੋਲੇਗੀ ਨਾ ਕੌਰ, ਤੇ ਕੌਰ ਬੋਲਣ 'ਚ ਧਰੋੜ ਕੇ ਬੋਲੇਗੀ। ਕੌਰ ਦਾ ਮਤਲਬ ਦੱਸੇਗੀ ਕਿ ਮੈਂ ਗੁਰੂ ਗੋਬਿੰਦ ਸਿੰਘ ਦੀ ਪੁੱਤਰੀ ਹਾਂ। ਜਿੱਦਾਂ ਚਮਕੌਰ ਦੀ ਰਾਤ ਦੇ ਹਨੇਰੇ ਵਿੱਚ ਸਿਪਾਹੀਆਂ ਦੇ ਵਿੱਚ ਵੀ ਉਹ ਬੜੇ ਮਾਣ ਨਾਲ ਕਿਹਾ ਨਾ ਉਹਨੇ ਕਿ ਮੈਂ ਗੁਰੂ ਗੋਬਿੰਦ ਸਿੰਘ ਦੀ ਪੁੱਤਰੀ ਹਾਂ। ਗੁਰੂ ਕਿਰਪਾ ਕਰੇ ਸਾਨੂੰ ਵੀ ਉਹ ਅਹਿਸਾਸ ਆ ਜਾਵੇ, ਤੇ ਅਸੀਂ ਵੀ ਕਰਦੀ ਕਲਾ ਜੀਣ ਲੱਗ ਪਈਏ। ਫਿਰ ਸਾਡੇ ਪਰਿਵਾਰ, ਫਿਰ ਬੱਚੇ ਕਿਧਰੇ ਨਹੀਂ ਜਾਣਗੇ। ਜੇ ਘਰ ਦੀ ਬੀਬੀ ਕਹਿੰਦੇ ਨਾ ਬੰਦਾ ਪੜ ਜਾਏ, ਤੇ ਇਕੱਲਾ ਬੰਦਾ ਪੜ ਜਾਂਦਾ, ਜੇ ਇਸਤਰੀ ਪੜ ਜਾਏ ਤੇ ਸਾਰਾ ਪਰਿਵਾਰ ਪੜ ਜਾਂਦਾ। ਸੋ ਅਸੀਂ ਉਹ ਪੜ੍ਹਾਈ ਜਿਹੜੀ ਹੈ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਜਿਹੜੀ ਗੁਰੂ ਪਾਤਸ਼ਾਹ ਨੇ ਚੀਜ਼ਾਂ ਦਿੱਤੀਆਂ ਨੇ ਉਹਦੇ ਰਹਿਣੀ ਬਹਿਣੀ ਦੇ ਧਾਰਨੀ ਹੋ ਜਾਈਏ। ਬੱਚੇ ਕਹਿਣ ਤੇ ਨਹੀਂ ਕਰਦੇ। ਆਮ ਤੌਰ ਤੇ ਅਸੀਂ ਘਰਾਂ ਵਿੱਚ ਦੇਖਦੇ ਹਾਂ ਕਿ ਮਾਂ ਪਾਠ ਕਦੋਂ ਕਰਦੀ ਹੈ, ਜਦੋਂ ਮਾਂ ਬੱਚਾ ਸਕੂਲ ਚਲਾ ਗਿਆ। ਤੇ ਬੱਚੇ ਨੇ ਤੁਹਾਨੂੰ ਪਾਠ ਕਰਦੇ ਵੇਖਿਆ ਨਹੀਂ ਹੈ। ਜੇ ਬੱਚੇ ਦੇ ਸਾਹਮਣੇ ਹੁੰਦਾ ਹੋਏਗਾ ਤਾਂ ਕਰੋਗੇ, ਤਾਂ ਬੱਚੇ ਨੂੰ ਕਹੋਗੇ ਨਾ। ਬੱਚੇ ਨੇ ਨਹੀਂ ਦੇਖਿਆ, ਬੱਚਾ ਦੇਖ ਕੇ ਸਿੱਖੇਗਾ। ਕਹਿ ਕਹਿ ਕੇ ਨਹੀਂ, ਅਸੀਂ ਕਹਿ ਕਹਿ ਕੇ ਥੱਕ ਜਾਂਦੇ ਹਾਂ, ਉਹਦੇ ਸਾਹਮਣੇ ਕਰਨ ਦਾ ਯਤਨ ਨਹੀਂ ਕਰਦੇ। ਗੁਰੂ ਪਾਤਸ਼ਾਹ ਕਿਰਪਾ ਕਰਨ ਸਾਨੂੰ ਅੱਜ ਦੇ ਦਿਨ ਆਪਣਾ ਗੌਰਵ ਇਤਿਹਾਸ ਕੁਛ ਚੇਤੇ ਆ ਜਾਵੇ, ਕੁਛ ਝੋਟੀ ਵਿੱਚ ਲੈ ਜਾਈਏ, ਕੁਛ ਯਾਦਾਂ ਵਿੱਚ ਲੈ ਜਾਈਏ, ਜੋ ਕੱਲ੍ਹ ਤੋਂ ਹੀ ਸਾਡੇ ਘਰ ਵਿੱਚ ਕੁਛ ਮਾਹੌਲ ਬਦਲਣ ਲੱਗ ਪਏ ਤੇ ਸਾਡੇ ਵਿੱਚ ਤਬਦੀਲੀਆਂ ਆਉਣ ਲੱਗ ਪੈਣ, ਤੇ ਇਹ ਦਿਵਸ ਗੁਰੂ ਕੀ ਹਜ਼ੂਰੀ ਵਿੱਚ ਮਨਾਇਆ ਸਫਲ ਹੋ ਜਾਏਗਾ। ਤੇ ਇਸ ਕਰੀ ਸਰਕਣ ਦੇ ਵੀਰਾਂ ਦਾ ਉੱਤਮ ਜਿਹੜਾ ਇਹਨੂੰ ਵੀ ਕੁਛ ਭਾਗ ਲੱਗਣਗੇ। ਗੁਰੂ ਪਾਤਸ਼ਾਹ ਕਿਰਪਾ ਕਰਨ। ਫਤਿਹ ਜੀ ਸਾਹਿਬ ਜੀ ਗਵਾਹੇ ਗੁਰੂ ਜੀ ਕਾ ਖਾਲਸਾ।